हुण जे बैंक ऑफ कैनेडा दे गवर्नर वल्लों साल 2022 विच दित्ते ठोस शब्दां वाले बयान नूं घोखिया जावे तां लोकां ने एक जिम्मेवार अहुदेदार दे बयान ते यकीन करके ही पूंजी निवेश कीती सी। पर दो सालां बाद गवर्नर साहिब ने व्याज दरां विच वड्डे वाधे करके लोकां लई अजिही स्थिति पैदा कर दित्ती जिस कारण लोकां दी जीवन शैली अस्त व्यस्त हो के रह गई। हुण गवर्नर दे बयान नूं किस तराजू विच तोलिया जावे? की इह बयान कई मिलियन कैनेडियन लोकां नूं गुमराह करन वाला नहीं सी? The Bank of Canada's mandate is to promote the economic and financial welfare of Canada as defined in the Bank of Canada Act. ਹੁਣ ਸਵਾਲ ਇਹ ਹੈ ਕਿ ਜਿਸ ਮੌਜੂਦਾ ਦੌਰ ਵਿੱਚੋਂ ਕੈਨੇਡਾ ਦੇ ਲੋਕ ਗੁਜ਼ਰਨ ਲਈ ਮਜਬੂਰ ਨੇ, ਕੀ ਉਸ ਸਥਿਤੀ ਲਈ ਬੈਂਕ ਆਫ ਕੈਨੇਡਾ ਦਾ ਮੈਂਡੇਟ ਜ਼ਿੰਮੇਵਾਰ ਨਹੀਂ? ਆਰਥਿਕਤਾ ਤੇ ਇਨਫਲੇਸ਼ਨ ਨੂੰ ਸਹੀ ਢੰਗ ਨਾਲ ਨਾ ਨਜਿੱਠਣ ਕਰਕੇ ਆਸਟ੍ਰੇਲੀਆ ਦੇ ਸੈਂਟਰਲ ਬੈਂਕ ਦੇ ਚੀਫ ਨੂੰ ਅਹੁਦੇ ਤੋਂ ਵੱਖ ਕਰ ਦਿੱਤਾ ਗਿਆ ਹੈ। ਬੈਂਕ ਆਫ ਕੈਨੇਡਾ ਦੀਆਂ ਨੀਤੀਆਂ ਕਾਰਨ ਹੀ ਲੋਕ ਨਿੱਤ ਦੇ ਖਰਚੇ ਚਲਾਉਣ ਤੋਂ ਮੁਤਾਜ ਹੋ ਗਏ ਨੇ। ਫੋਰਕਲੋਜ਼ਰ ਬੈਂਕਰਪਸੀ ਵੱਧ ਰਹੀਆਂ ਨੇ ਅਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਲੋਕ ਸ਼ਾਇਦ ਆਤਮ ਹੱਤਿਆਵਾਂ ਦੇ ਰਸਤੇ ਵੀ ਤੁਰ ਪੈਣ। ਇਸ ਸਭ ਦੀ ਜ਼ਿੰਮੇਵਾਰੀ ਕੌਣ ਲਵੇਗਾ ਜਾਂ ਕਿਸ ਸਿਰ ਪਾਈ ਜਾਵੇਗੀ? ਐਨਡੀਪੀ ਨੇਤਾ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਤੋਂ ਅਸਮਰਥ ਰਹੇ ਨੇ। ਸਰਕਾਰੀ ਬਿਆਨਾਂ ਦੀ ਬਜਾਏ ਚਾਹੀਦਾ ਸੀ ਕਿ ਟੋਰੀ ਪਾਰਟੀ ਪਾਰਲੀਮੈਂਟ ਵਿੱਚ ਮੁੱਦਾ ਪੇਸ਼ ਕਰਦੀ ਜਿਸ ਨੂੰ ਨੋ ਕੌਨਫੀਡੈਂਸ ਮੋਸ਼ਨ ਵਜੋਂ ਵਿਚਾਰਿਆ ਜਾਂਦਾ ਅਤੇ ਜਗਮੀਤ ਸਿੰਘ ਨੂੰ ਲਿਬਰਲ ਸਰਕਾਰ ਤੋਂ ਸਮਰਥਨ ਵਾਪਸ ਲੈਣ ਲਈ ਮਜਬੂਰ ਕੀਤਾ ਜਾਂਦਾ। ਜਗਮੀਤ ਸਿੰਘ ਦੀ ਕਾਰਗੁਜ਼ਾਰੀ ਮੁਕੰਮਲ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਹੈ। ਵਿਲਨ ਜ਼ਰੂਰੀ ਨਹੀਂ ਕਿ ਵਿਲਨ ਦੇ ਹੱਥ ਬੰਦੂਕ ਹੀ ਹੋਵੇ, ਕਈ ਵਾਰ ਚਿੱਟੇ ਕੱਪੜਿਆਂ ਵਾਲੇ ਵੀ ਵਿਲਨ ਦੀ ਭੂਮਿਕਾ ਅਦਾ ਕਰ ਜਾਂਦੇ ਨੇ। ਕੰਸੀਡਰਿੰਗ ਮੇਕਿੰਗ ਐਨ ਇਨਵੈਸਟਮੈਂਟ ਯੂ ਕੈਨ ਬੀ ਕੰਫੀਡੈਂਟ ਦੈਟ ਇੰਟਰਸਟ ਰੇਟਸ ਵਿਲ ਬੀ ਲੋ ਫੋਰ ਅ ਲੌਂਗ ਟਾਈਮ। ਬਲਦੇਵ ਸਿੰਘ ਦੀ ਪੋਸਟ ਤੋਂ ਧੰਨਵਾਦ ਸਹਿਤ। ਮੈਂ ਮਲਕੀਤ ਸਿੰਘ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ HD। ਧੰਨਵਾਦ।